तो यार अभी बज गया दोपहर के तकरीबन 3:30, और दोपहर का खाना अभी अभी जो है ना आसमान लगा कर रखी है जहाँ पर दे कर गई है, तो इसके साथ कुछ भी नहीं है। बेगम जो है ना वो वस्सल, यानी कि ऐसे हम बोलते हैं वस्सल, इसको प्याज भी बोलते हैं, तो उनको जो है ना बारीक बारीक काट कर उसका जो है ना पानी निकाल रही है, तो धोकर वो इस्तेमाल किए जाएंगे। अभी ये आ गया जी सालन टिंडियों का, साथ में आ गया ठंडा पानी। मैंने कहा था शायद सालन नहीं होए, तो इसलिए आसिया जो है ना तुम्हारी चाची वो थोड़ा सा प्याज काट कर उसको धो रही थी ये खाना खाने के लिए। अस्सलाम वालेकुम जी, की हाल ने सारे दे? अल्हम्दुलिल्लाह सी बिल्कुल ठीक ठाक हैं। साड़ी दुआ साड़े देखना जिते रहन, खुश रहन, बाद रहन, हमेशा हंसते मुस्कुराते रहन। अल्लाह पाक साहब नू सलामत रखे जी। ते दोपहर का टाइम तकरीबन गुजर चुके है, 3:30 हो चुके ने, और खाना शाना जी आ चुके हैं, खा के ते फिर जरा इंशाल्लाह तुहाडे नाल ब्लॉग मजीद शेयर करने हैं। उन्ना चिर तुसीं जल्दी जल्दी चैनल नू सबसक्राइब करो, जिन्हां ने सबसक्राइब नहीं किया, नाल लगे घंटी निशान नू प्रेस करो, ताकि हर वीडियो तुहाडे तक आसानी पहुंचती रहे। तो इंशाल्लाह खाने तो बाद मिलते हैं, जिन्हें जिन्हें खाना है जल्दी जल्दी आ जाओ। माशाल्लाह कितना प्यारा खूबसूरत जो मौसम बनया खला है, और बदल सामने उत्ते सूरज दे आके खलो गया हो, अद्धा सूरज बाहर निकले अद्धा बदल के थले हैगा, ते इधर जड़ी ना बदली लगता है कि किसी जगह ते शायद वसदी पी होवे या शायद ज्यादा जगह कवर की खड़ी होवे, इत्थे ते थोड़ी जी लगदी है ना, लेकिन ਜਿਹੜੀ ਜਗ੍ਹਾ ਤੇ ਜ਼ਿਆਦਾਤਰ ਵਸਦਾ ਹੋਵੇ ਨਾ ਉਸ ਜਗ੍ਹਾ ਤੇ ਇਵੇਂ ਲੱਗਦਾ ਕਿ ਪੂਰੇ ਅਸਮਾਨ ਤੇ ਛਾਇਆ ਪਿਆ। ਔਰ ਬੇਗਮ ਸਾਹਿਬਾ ਜੀ ਕਰ ਰਹੀ ਹੈ ਘਰ ਦੀ ਸਫਾਈ ਸੁਥਰਾਈ, ਪਿਛਲੇ ਟਾਈਮ ਉਹ ਵੀ ਧੁੱਪ ਦੇ ਵਿੱਚ। ਇਹ ਕੀ ਪੇ ਬਣਾਉਂਦੇ ਹੋ? ਹੈਂ ਟੀਕੇ ਕੀ ਟੀਕੇ ਆ ਕਿਹਨੂੰ ਲਾਇ ਨੀ ਤੇ ਟੀਕੇ ਲਾਈ ਖੜੀ ਟੀਕੇ? ਇਹ ਤਾਰਾਂ ਕਿਦੋਂ ਲਈਆਂ? ਪਾਣੀ ਜੀ ਫੁੱਲ ਗਰਮ ਹੋਇਆ ਪਿਆ ਸੀ, ਤੇ ਅਲੀ ਨੂੰ ਆਖਿਆ ਇੱਕ ਵਾਰ ਸਾਰਾ ਹੀ ਜਿਹੜਾ ਪਾਣੀ ਕੱਢ ਦੇ, ਤਾਂ ਕਿ ਦੂਜੀ ਵਾਰ ਜਿਹੜਾ ਨਾ ਉਹਦੇ ਤੇ ਛੋਟੇ ਪੰਪ ਤੇ ਚਲਾ ਕੇ ਟੈਂਕੀ ਫੁੱਲ ਕਰਨੇ ਆ, ਔਰ ਟਾਈਮ ਦੇਖਦੇ ਆ ਕਿ ਕਿੰਨਾ ਕੁ ਟਾਈਮ ਲੱਗਦਾ ਸਾਨੂੰ ਉਸ ਛੋਟੇ ਪੰਪ ਤੇ। ਇੱਕ ਵਾਰ ਚੰਗੀ ਤਰ੍ਹਾਂ ਨਹਾ ਨੂ ਲੈ, ਪਰ ਪਾਣੀ ਬੜਾ ਗਰਮ ਹੈ ਨਾ ਅਲੀ, ਕਿਉਂ ਗਰਮੀ ਇੰਨੀ ਪੈ ਰਹੀ ਹੈ ਨਾ, ਇਸ ਕਰਕੇ ਪਾਣੀ ਫੁੱਲ ਗਰਮ ਹੋਇਆ ਪਿਆ। ਗਰਮ ਪਾਣੀ ਨਾਲ ਨਾ ਨਾ ਬਿਮਾਰ ਹੋ ਜਾਸੀ। ਆ ਜਾ ਅਲੀ ਨੂੰ ਗਰਮੀ ਲੱਗੀ ਖੜੀ ਜਾਂਦਾ ਨਲਕੇ ਤੇ ਨਵਾ ਦੇ ਠੰਡੇ ਪਾਣੀ ਤੇ, ਨਾਲ ਨਾ ਨਾ ਚਮੇੜ, ਉੱਤੋਂ ਬਾਹਰ ਛੁੱਟਦਾ ਥੱਲੇ ਪਟਾਕਾ ਪਾਉਂਦਾ, ਔਰ ਟਾਪ ਵਿੱਚ ਰੱਖ ਲੈ, ਟਾਪ ਥੱਲੇ ਰੱਖ ਨਾ, ਫਰੀਜ ਐਸੀ ਤੇ ਚਨਾਈ ਰੱਖੀ। ਪਾਣੀ ਠੰਡਾ ਆਇਆ ਹੈ ਨਾਲ ਬੈਠ, ਪਾਣੀ ਦੇ ਚੋਣ ਬਿਲਕੁਲ ਹੀ ਖਤਮ ਹੋ ਗਿਆ, ਥੋੜ੍ਹਾ ਥੋੜ੍ਹਾ ਆ ਰਿਹਾ ਬਸ, ਫੁੱਲ ਟੈਂਕੀ ਖਾਲੀ ਕਰਕੇ ਤੇ ਫਿਰ ਜਿਹੜਾ ਨਾ ਚਲਾਉਂਦੇ ਆਪਾਂ। ਤੂੰ ਇੰਝ ਕਿਉਂ ਕਿ ਅਸੀਂ ਮੈਂ ਵੀਡੀਓ ਤੇ ਬਣਾਉਂਦਾ ਤੇ ਮੇਰੇ ਇਹ ਆਣ ਹੱਥ ਤੇ ਮਾਰੀ ਨਿੱਕਾ ਜਿਹਾ ਕਾਕਾ ਨਾਲ ਹੈਂ ਫੁੱਲ ਭਰ ਦੇਣਾ ਟੱਪ, ਉਹ ਪਾਣੀ ਦੇਖ ਮੁੱਕ ਗਿਆ ਟੂਟੀ ਵਾਲਾ।
ਹੁਣ ਆਪਾਂ ਛੋਟਾ ਪੰਪ ਚਲਾ ਕੇ ਭਰੀਏ। ਪੰਪ ਨੂੰ ਮੈਂ ਔਨ ਕਰ ਦਿੱਤਾ ਇਹਦੇ ਉੱਤੇ ਛੋਟੀ ਜਿਹੀ ਸਪਲਾਈ ਦੇ ਉੱਤੇ, ਠੀਕ ਹੈ ਨਾ, ਅਤੇ ਬਿਲਕੁਲ ਚੱਲਦਾ ਪਿਆ, ਪਾਣੀ ਵੀ ਆ ਰਿਹਾ। ਬਾਕੀ ਟਾਈਮ ਜਿਹੜਾ ਨਾ ਉਹ ਲਗਾ ਦਿੰਦੇ ਹਾਂ, ਵੇਖਣਾ ਕਿੰਨੇ ਚਿਰ ਟੈਂਕੀ ਜਿਹੜੀ ਨਾ ਉਹ ਭਰ ਦਿੰਦਾ। ਪਰ ਅੱਗੋਂ ਜਿਹੜਾ ਤੀਲਾ ਪਾਣੀ ਦਾ ਆਉਂਦਾ ਪਿਓ ਸਾਰਾ ਆ ਕੱਢੀ ਜਾਂਦੀ ਹੈ। ਹੈਂ, ਇੱਕ ਵਾਰ ਭਰੀ ਤਾਂ ਲੈਣ ਦੇ, ਇੱਕ ਵਾਰ ਭਰੀ ਤਾਂ ਲੈਣ ਦੇ, ਇੱਕ ਵਾਰ ਟਾਈਮ ਵੇਖਣਾ ਵੀ ਕਿੰਨੇ ਟਾਈਮ ਵਿੱਚ ਭਰਦੀ ਹੈ ਟੈਂਕੀ। ਚੱਲ ਧੋ ਲਾ ਭਾਂਡੇ, ਧੋ ਲਾ, ਮੈਂ ਟਾਈਮ ਲਾ ਦਿੰਦਾ। ਸਟਾਪ ਵਾਚ ਮੈਂ ਲਾ ਦਿੱਤਾ ਇਸ ਮੋਬਾਈਲ ਦੇ ਉੱਤੇ, ਦੇਖਦੇ ਹਾਂ ਤਾਂ ਮੁਕੰਮਲ ਟਾਈਮ ਕਿੰਨੇ ਟਾਈਮ ਵਿੱਚ ਟੈਂਕੀ ਫੁੱਲ ਕਰਕੇ ਸਾਨੂੰ ਦਿੰਦਾ। ਉਹ ਤਾਂ ਸਿਰਫ 4-5 ਮਿੰਟ ਹੀ ਲੈਂਦਾ ਵੱਡਾ ਪੰਪ ਹੈਗਾ, ਅਤੇ ਦੂਜਾ ਬੈਟਰੀ ਵਾਲਾ ਜਿਹੜਾ ਨਾ ਉਹ ਵੇਖਣੇ ਕਿੰਨੇ ਟਾਈਮ ਵਿੱਚ ਫੁੱਲ ਕਰਦਾ। 39 ਸੈਕਿੰਡ ਹੋ ਗਏ ਨੇ, ਟਾਈਮ ਲਾਇਆ ਤਕਰੀਬਨ ਉਹਨੂੰ ਚੱਲਦਿਆਂ 1 ਮਿੰਟ ਹੋ ਗਿਆ, ਟਾਈਮ ਲਾਇਆ 39 ਅਤੇ 45-46 ਸੈਕਿੰਡ ਹੋ ਗਏ 47। ਵਾਹ ਕਿਆ ਬਾਤ ਹੈ, ਇੱਥੇ ਮਾਸ਼ਾ ਅੱਲਾਹ ਕਿੰਨਾ ਪ੍ਰੈਸ਼ਰ ਦੇ ਰਿਹਾ ਔਰ ਆਵਾਜ਼ ਵੀ ਆ ਰਹੀ ਹੋਵੇਗੀ ਤੁਹਾਨੂੰ, ਕਾਫੀ ਸਪੀਡ ਨਾਲ ਹੁਣ ਚੱਲਦਾ। ਬਾਕੀ ਫੁੱਲ ਟਾਈਮ ਦੇਖਣਾ ਜਦੋਂ ਪਾਣੀ ਓਵਰ ਹੋ ਕੇ ਥੱਲੇ ਜਾਵੇਗਾ ਨਾ, ਉਦੋਂ ਟਾਈਮ ਦੇਖਣਾ ਕਿੰਨੇ ਟਾਈਮ ਵਿੱਚ ਭਰੀ ਗਿਆ। ਗਾਈਆਂ ਮਾਸ਼ਾਅੱਲਾ ਚਰਦੀਆਂ ਪਈਆਂ, ਕਿੰਨੀਆਂ ਪਿਆਰੀਆਂ ਨਜ਼ਰ ਆ ਰਹੀਆਂ ਨੇ ਦੂਰ। ਜ਼ਰਾ ਦੱਸੋ ਬੱਚਿਆਂ ਨੂੰ ਬੰਦਾ ਕਿਵੇਂ ਮਨਾ ਕਰੇ, ਦੁਆ ਲੱਗੀ ਹੋਈ ਹੈ ਟੈਂਕੀ ਖਾਲੀ ਕਰਨ। ਹੈ, ਇਹ ਕਿਉਂ ਰੋੜਨੀ ਹੈ ਪਾਣੀ, ਤੂੰ ਕਿਉਂ ਦੁਆ ਦੁਆਰਾ ਨਹੀਂ, ਕਿਉਂ ਪਾਣੀ ਰੋੜਨੀ? ਉਹ ਮੁੱਕ ਗਿਆ, ਉਹ ਮੁੱਕ ਗਿਆ, ਮੁੱਕ ਗਿਆ। ਵਾਲ ਬਾਤ ਕੀਤਾ ਹੁਣ ਖਤਮ ਹੋ ਗਿਆ ਪਾਣੀ, ਆ ਦੁਆ ਕਿਹਦੇ ਗਿਆ ਪਾਣੀ, ਖਤਮ ਹੋ ਗਿਆ, ਖਤਮ ਹੋ ਗਿਆ ਪਾਣੀ, ਖਤਮ ਹੋ ਗਿਆ। 12 ਮਿੰਟ 46 ਸੈਕਿੰਡ ਗੁਜ਼ਰ ਚੁੱਕੇ ਨੇ ਔਰ ਹਜੇ ਤੱਕ ਤਕਰੀਬਨ ਅੱਧਾ ਪੌਣਾ ਹੋ ਚੁੱਕਿਆ ਪੰਪ ਨਾਲ ਟੈਂਕ। ਟੈਂਕੀ ਬਰੀਜ ਗਈ, ਟੈਂਕੀ ਬਰੀਜ ਗਿਆ, ਵੇਖੋ ਪਾਣੀ ਆ ਗਿਆ ਔਰ 26 ਮਿੰਟ 27-28 ਸੈਕਿੰਡ ਹੋ ਗਏ ਨੇ ਫੁੱਲ ਹੋ ਗਈ ਟੈਂਕੀ। ਵਿੱਚ ਇਹਨਾਂ ਪਾਣੀ ਇਸਤੇਮਾਲ ਹੀ ਕੀਤੀ ਰੱਖਿਆ ਉਹਦੇ ਵੀ ਇਹਦੇ ਵਾਸ਼ਰੂਮ ਵਿੱਚ, ਫੁੱਲ ਤਾਂ ਹੋ ਗਈ ਹੈ ਨਾ ਔਰ ਚਾਰਜਰ ਤਾਂ ਹੀ ਹੋਈ ਹੈ ਫੁੱਲ, ਇਹਦੇ ਕੁਛ ਨਹੀਂ ਹੁੰਦਾ ਇਹਨੂੰ, ਵੇਖ ਟੈਂਕੀ ਤਾਂ ਫੁੱਲ ਕੀਤੀ ਨੇ ਇਹਨੇ। ਹੈਂ, ਟੈਂਕੀ 350 ਲੀਟਰ ਦੀ ਹੈਗੀ ਅਤੇ ਜਿਹੜੀ ਤਕਰੀਬਨ 26 ਮਿੰਟ 'ਚ ਫੁੱਲ ਹੋ ਗਈ ਹੈ ਅਤੇ ਸ਼ੁਕਰ ਅਲਹਮਦੁਲਿਲਾ। ਮੈਂ ਤਾਂ ਕਾਫੀ ਸਮਝੋ ਕਿ ਨਾ ਇਸ ਗੱਲ 'ਤੇ ਸਮਝੋ ਕਿ ਬੜਾ ਹੀ ਅਫਸੂਦਾ ਹੋਇਆ ਕਿ ਕਾਫੀ ਸਾਰੇ ਪੈਸੇ ਮੇਰੇ ਜ਼ਾਇਆ ਹੋ ਗਏ। ਸ਼ੁਕਰ ਅਲਹਮਦੁਲਿਲਾ, ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ, ਮਿਹਨਤ ਕੀਤੀ, ਦੁਪਹਿਰ ਟਾਈਮ ਇਹਨੂੰ ਦੁਬਾਰਾ ਪੱਟ ਕੇ ਜਿਹੜਾ ਨਾ ਇਹਦੀ ਥੋੜ੍ਹੀ ਸੈਟਿੰਗ ਸੁਟਿੰਗ ਕਰਕੇ ਲਗਾਇਆ ਚਾਰਜਰ ਅਤੇ ਚਲਾਇਆ। ਪਹਿਲੇ ਮੈਂ ਲਿਆਂਦੀ ਸਪਲਾਈ, ਵੱਡੀ ਸਪਲਾਈ, ਉਹਦੇ 'ਤੇ ਨਹੀਂ ਚੱਲਿਆ ਕਿਉਂਕਿ ਉਹਨੇ ਜਿਹੜੀ ਸਾਈਡ ਵਾਲੀ ਕਿੱਟ ਆਈ ਨਾ ਉਹ ਸਾੜ ਦਿੱਤੀ ਹੈ, ਉਹ ਕਿੱਟ ਉਤਾਰ ਕੇ ਅਤੇ ਸਿੱਧਾ ਸਾਵਾਂ ਇਹਨੂੰ 12 ਵੋਲਟ 'ਤੇ ਲਾਇਆ ਅਤੇ ਹੁਣ ਸ਼ੁਕਰ ਅਲਹਮਦੁਲਿਲਾ ਠੀਕ ਠਾਕ ਚੱਲਦਾ ਪਿਆ। ਅੱਲਾ ਕਰੇ ਤਾਂ ਇਸੇ ਤਰ੍ਹਾਂ ਚੱਲਦਾ ਰਹੇ।
ਅਸੀਂ ਇਸ ਟਾਈਮ ਆਏ ਹਾਂ ਜੀ ਬੱਕਰਿਆਂ ਲਈ ਘਾਹ ਲੈਣ ਲਈ, ਔਰ ਅੱਜ ਕਮਾਂਦ ਜਿਹੜਾ ਨਾ ਵਗਿਆ ਪਿਆ ਵਿੱਚੋਂ, ਹੁਣ ਪਤਲਾ ਪਤਲਾ ਹੀ ਘਾਹ ਜਿਹੜਾ ਟੂਟਣਾ ਪੈਣਾ। ਬਾਕੀ ਅਗਲੇ ਦਿਨ ਕਾਫੀ ਸਾਰਾ ਇਹਦੇ 'ਚ ਘਾਹ ਹੈਗਾ ਸੀ, ਅੱਜ ਬਿਲਕੁਲ ਹੀ ਥੋੜ੍ਹਾ ਬਹੁਤਾ। ਇਹ ਮੂਹਰਾ ਕਾਲਾ ਵਾੜ ਲਿਆ ਸੀ, ਇਹ ਘਾਹ ਬੜਾ ਹੈਗਾ ਵਿੱਚ, ਉਹ ਅੱਗੇ ਅੱਗੇ ਵੇਖੇ ਨਾ ਪਤਲਾ ਪਤਲਾ ਹੋਣਾ। ਦੋ ਤਿੰਨ ਡੇਰੀਆਂ ਹੋਈਆਂ ਤੇ ਬੜੀਆਂ ਵਿਚਾਰਿਆਂ ਨੂੰ। ਅਲੀ ਮੰਮਾ ਵੇਖੋ ਸਾਈਕਲ ਚਲਾਈ ਆਉਂਦਾ, ਚਾਚੀ ਨੂੰ ਬਿਠਾ ਕੇ ਅੱਗੋਂ ਕਰਦਾ ਕੀ ਤਮਾਸ਼ੇ ਹੁੰਦਾ। ਖਾ ਲੈ ਤੇ ਵੇ ਸੱਟੀ ਅਲੀ ਏ। ਆਰਾਮ ਨਾਲ ਲੈ। ਇਹ ਕੌਣ ਤਾਮਾ ਹੈ? ਹੈ ਅਲੀ, ਇਹ ਤਾਮਾ ਹੈ? ਇਹ ਵੀ ਪੱਠੇ ਵੱਢਦਾ ਵਾ। ਘਾਲ ਕਰ ਲਾ ਸੀ, ਉਹ ਲੱਗਿਆ ਹੋਇਆ ਟਰੈਕਟਰ ਵਾਲ ਬਾਈ ਭਾਵਣ ਜਿਹੜਾ ਵਿੱਚ ਚੀਲਾ ਹੈ ਨਾ, ਸਾਰਾ ਉਸ ਵਾਹ ਵੂ ਦੇਣਾ, ਕਿਉਂਕਿ ਇਹਨੂੰ ਤਰੋ ਤਾਜ਼ਾ ਰੱਖਣ ਵਾਸਤੇ ਨੇ, ਇਹਦੀ ਗਰੋਥ ਵਾਸਤੇ। ਇਹ ਫਿਰ ਵਾਹ ਵੂ ਛੱਡਦੇ ਨੇ ਕਮਾਂਦ ਨੂੰ, ਵਿੱਚੋਂ ਵਿੱਚੋਂ ਬੰਨਦੇ ਨੇ ਨਾ। ਇੱਥੇ ਕਮਾਂਦ ਲੱਗਿਆ ਹੋਇਆ ਨਾ ਇਸ ਜਗ੍ਹਾ 'ਤੇ, ਇੱਥੇ ਹਲ ਨਹੀਂ ਜਾਂਦੀ, ਹਲ ਜਾਂਦੀ ਸਿਰਫ ਇਸ ਜਗ੍ਹਾ 'ਤੇ, ਖਾਲੀ ਖਾਲੀ ਜਗ੍ਹਾ 'ਤੇ, ਅਤੇ ਗਾਹ ਵੂ ਜਿਹੜਾ ਨਾ ਉਹ ਖਤਮ ਕਰ ਦਿੰਦੇ। ਘਾਹ ਵਿੱਚ ਹੁਣ ਤਕਰੀਬਨ ਹੈ ਹੀ ਕੋਈ ਨਹੀਂ, ਥੋੜ੍ਹਾ ਬਹੁਤਾ ਹੈਗਾ ਸੀ ਉਹ ਵਾਹ ਵੂ ਦਿੱਤਾ ਬਾਈ ਨੇ, ਕੋਈ ਨਹੀਂ ਵੇਚਣਾ। ਚੱਲ ਅਸੀਂ ਜੋੜ ਲਾ ਮੁੜ ਚਲੀਏ, ਕੋਈ ਜੋ ਲੈ ਗਏ ਨੇ ਆਪੇ, ਕੋਈ ਉਹਨਾਂ ਦਾ ਆਂ ਤਰਾਂ ਹੋ ਜਾਸੀ ਹੈ। ਪਪੂਲਾ ਨਹੀਂ ਖਾਣਾ ਉਹਨੇ, ਅਜੇ ਕੂਲਾ ਹੈ ਪਪੂਲਾ, ਮੈਂ ਪੱਠੇ ਪਾ ਲਾ ਨਾ ਪਪੂਲਾ, ਨਹੀਂ ਦੂਸਰੇ ਤੂਤ ਚੂਤ ਲੈ ਜਾਵਾਂਗੇ ਸਵੇਰੇ ਸਾਂਝਰੇ ਆ ਕੇ। ਚਲੋ ਜਿਹੜਾ ਵੀ ਹੈਗਾ, ਬੱਕਰਾ ਇੱਕ ਹੈਗਾ ਆਪਣਾ, ਆਪਣੇ ਤਾਂ ਪਾ ਲੈ ਸਿਰਨਾ। ਇਹ ਤਾਂ ਕੀ ਹੈ, ਇਹ ਤਾਂ ਕੀ ਨਿਕਲ ਆਇਆ, ਕੀ ਨਿਕਲ ਆਇਆ? ਅਸੀਂ ਵਿਖਾਓ ਮੈਨੂੰ ਅਮਰੂਦ ਦੇਣ, ਪਤਾ ਨੀ ਮੈਂ ਕੀ ਇੱਥੇ ਨਿਕਲ ਆਇਆ ਜਿਹੜਾ ਇੱਡੇ ਉੱਤੇ ਡੇਕ ਡੇਕ, ਹੁਣ ਇਹ ਸਾਰੇ ਕੀੜਿਆਂ ਵਾਲੇ ਪਰ ਠੀਕ ਹੈ, ਵੇਖਣ ਦੇ ਕਿੰਨੇ ਕ ਬੱਕਰਿਆਂ ਪਹਿਲੇ ਉਹਨਾਂ ਡਾਣੀਆਂ ਪਾ ਦਿੱਤੀਆਂ, ਬਣਾਉਣ ਲੱਗੇ ਜੇ ਪਾਣੀ ਮਿੱਠਾ ਹੈ ਤੇ ਨਾਲ ਹੋਰ ਵੀ ਚੀਜ਼ਾਂ ਨੇ, ਬਿਲੰਗੋ ਨੀ ਹੈਗੇ ਕੁਛ ਹੋਰ ਹੈ ਕੀ ਹੈ? ਅੱਛਾ ਲੱਸੀ ਤੇ ਕੀ ਹੈ? ਇਹ ਆਲੀਓ ਆਲੀਆ ਹੈ, ਇਹਨੂੰ ਕੀ ਕਰ ਸੋ? ਇਹ ਗਾਂ ਵਾਸਤੇ ਬਣਾਉਣ ਲੱਗੇ ਆ ਪੰਜੀਰੀ, ਜਾਨਵਰਾਂ ਨੂੰ ਪੰਜੀਰੀਆਂ ਖਵਾਈ ਦੀਆਂ, ਅੱਗੇ ਗਰਮੀ ਥੋੜੀ ਹੈ ਉਤੋਂ ਪੰਜੀਰੀ ਖਵਾਓ। ਇਹ ਜਿਹੜਾ ਵਿੱਚ ਅਸੀਂ ਮਿਕਸ ਕਰਨੇ ਆ ਜਿਹੜੀ ਹੈ ਨਾ ਇਲਸੀ, ਇਹ ਬੰਦੀ ਹੈ ਠੰਡੀ, ਤੇ ਵਿੱਚ ਅਸੀਂ ਪਾਨੇ ਆ ਤੇਲ ਸਰੇਆਂ ਦਾ, ਉਹ ਵੀ ਠੰਡਾ ਹੁੰਦਾ ਹੈ, ਗੁੜ ਵੀ ਠੰਡਾ ਹੁੰਦਾ। ਹਾਂ ਗੁੜ ਤਾਂ ਗਰਮ ਹੁੰਦਾ, ਗੁੜ ਗਰਮ ਹੈ, ਹਾਲੀਆ ਵੀ ਬੜਾ ਗਰਮ ਹੁੰਦਾ। ਇਹ ਇਸ ਵਜ੍ਹਾ ਤੋਂ ਪਾਨੇ ਆ ਕਿ ਜਦੋਂ ਇਹਨੇ ਸੋਣਾ ਹੈ ਨਾ, ਇਹ ਸੁਣ ਲੱਗੇ ਮਾਸ਼ਾਅੱਲਾ ਦਾ ਮਾਨਾ ਚੰਗਾ ਬਣ ਜਾਣਾ, ਦੁੱਧ ਵੀ ਬਣਾਏਗੀ ਇਹਦੇ ਨਾਲ, ਤੇ ਤਾਂ ਵਾਸਤੇ ਟਾਈਮ ਨਾਲ ਮੁੜ ਖਵਾਈ ਜਾ ਉਹਨਾਂ। ਕਿੰਨਾ ਕੁ ਟਾਈਮ ਰਹਿੰਦਾ ਇਹਦਾ? ਗੁੜ ਖਾਈ ਜਾਨੀ
ਕਾਫੀ ਸਾਰੇ ਕਮੈਂਟ ਆਏ ਨੇ ਤਕਰੀਬਨ ਅੱਧਿਓਂ ਜ਼ਿਆਦਾ, ਜਿਹਦੇ ਵਿੱਚ ਤਕਰੀਬਨ 2-4 ਕਮੈਂਟ ਜਿਹੜੇ ਨਾ ਉਹ ਆਪਣੀ ਫੇਵਰ 'ਚ ਆਏ ਨੇ, ਬਾਕੀ ਉਹਨਾਂ ਨੇ ਆਖਿਆ ਭਈ ਜਿਹੜਾ ਨਾ ਸਮਝੋ ਕਿ ਤੁਸੀਂ ਇਹ ਗੱਲ ਗਲਤ ਬੋਲ ਰਹੇ ਹੋ, ਠੀਕ ਹੈ ਨਾ। ਅਤੇ ਇਸੇ ਕਰਕੇ ਮੈਂ ਜਿਹੜਾ ਨਾ ਅਸੀਂ ਨੂੰ ਆਖਿਆ ਬਈ ਚਾਹੇ ਉਹ ਸਾਨੂੰ ਵੱਖਰਿਆ ਕਰਦੇ ਵੀ ਨਹੀਂ ਨਾ, ਅਸੀਂ ਵੱਖਰਿਆ ਕੋਈ ਨਹੀਂ ਹੋਣਾ, ਠੀਕ ਹੈ ਨਾ, ਅਸੀਂ ਫਿਰ ਵੀ ਨਹੀਂ ਵੱਖਰੇ ਹੋਣਾ, ਠੀਕ ਹੈ ਨਾ, ਕਿਉਂਕਿ ਦਿਨੇ ਅਸੀਂ ਸੋਚਿਆ ਵੀ ਚਲੋ ਸਾਈਡ 'ਤੇ ਉਹ ਜਿੰਨੇ ਵੱਖਰੇ ਹੁੰਦੇ ਹਾਂ, ਲੇਕਿਨ ਮਾਂ ਪਿਓ ਹੈਗਾ ਉਹਨਾਂ ਨਾਲ ਵੱਖਰੇ ਹੋ ਕੇ ਅਸਾਂ ਕਿਹੜੀ ਜਾਇਦਾਦ ਵੰਡ ਲੈਣੀ ਹੈ। ਲਿਹਾਜ਼ਾ ਇਸ ਕਰਕੇ ਆਖਿਆ ਵੀ ਚਲੋ ਜੋ ਵੀ ਖਰਚਾ ਪਾਣੀ ਅਗਰ ਉਹਦੇ ਦਿੱਤਾ ਤਾਂ ਵੀ ਉਹ ਇਕੱਠ ਮੇਰੇ ਸਮਝੋ ਜ਼ਿੰਮੇ ਹੈਗਾ, ਜੇ ਅਗਰ ਇਕੱਠਾ ਕਰੀਏ ਤਾਂ ਵੀ ਮੇਰੇ ਜ਼ਿੰਮੇ, ਇਸ ਕਰਕੇ ਇਕੱਠਿਆਂ 'ਚ ਬਰਕਤ ਹੈਗੀ ਅਤੇ ਤੂੰ ਵੀ ਆਸੀਏ ਜਿਹੜਾ ਨਾ ਕੰਮ ਸ਼ਾਮ ਨਾਲ ਕਰਵਾਇਆ ਕਰ, ਸਮਝ ਆਈ ਨਾ। ਇਸ ਕਰਕੇ ਫਿਰ ਉਹ ਵੀ ਆਉਂਦੇ ਵੀ ਤੂੰ ਕੰਮ ਆਸੀਏ ਕਰਵਾਉਂਦੀ ਕੋਈ ਨਹੀਂ ਅਤੇ ਸਾਰਾ ਕੰਮ ਕਰਦੀ ਹੈ ਸੁਮੈਰਾ ਕਰਦੀ ਹੈ, ਔਰ ਵੇਖਣ 'ਚ ਸਮਝੋ ਕਿ ਨਿਹਰਾ ਕੋਈ ਇਹ ਨਹੀਂ ਕਿ ਅਸੀਂ ਹਰ ਟਾਈਮ ਹੀ ਕੈਮਰਾ 'ਚ ਉਠਾਇਆ ਹੋਇਆ, ਕੁਝ ਨਾ ਕੁਝ ਆਸੀਆ ਵੀ ਕੰਮ ਕਰਦੀ ਹੈ। ਹੁਣੇ ਦੇ ਜ਼ਿੰਮੇ ਮੈਂ ਲਾਇਆ, ਮੈਂ ਆਟਾ ਤੂੰ ਗੁੰਨ ਕੇ ਦੇਣਾ, ਤੰਦੂਰੀ ਤੂੰ ਬਾਲ ਦੇਣੀ, ਰੋਟੀਆਂ ਉਹਨਾਂ ਨੇ ਲਾਉਣੀਆਂ, ਠੀਕ ਹੈ ਨਾ, ਬਾਕੀ ਸਾਲਣ ਸੁਲਣ ਵੀ ਬਣਾਉਣ 'ਚ ਤੂੰ ਮਦਦ ਕਰਾਉਣੀ ਉਹਨਾਂ ਦੀ, ਅਤੇ ਇਸ ਤਰ੍ਹਾਂ ਕਰਕੇ ਘਰ ਦਾ ਨਿਜ਼ਾਮ ਜਿਹੜਾ ਨਾ ਉਹ ਚੱਲ ਸਕਦਾ ਹੈਗਾ, ਠੀਕ ਹੈ ਨਾ ਆਸੀਆ, ਠੀਕ ਹੈ ਨਾ। ਹਾਂਜੀ ਉੱਚਾ ਬੋਲ, ਉੱਚਾ ਬੋਲੇ ਨਾ, ਕਿਆ ਬਾਤ ਹੈ, ਆਪਣਾ ਚੰਗਾ ਨਾਂਦੀ ਹੈ ਭਾਈ, ਆਪਣਾ ਠੰਡਾ ਪਾਣੀ ਹੈ ਸੱਚੀ, ਦੂਸਰੀ ਵਾਰ ਟੈਂਕੀ ਭਰੀ ਹੈ ਤਕਰੀਬਨ ਪਾਣੀ ਇਹਦੇ, ਕਿਉਂਕਿ ਇਸਤੇਮਾਲ ਹੀ ਬੜਾ ਹੁੰਦਾ ਇਸ ਕਰਕੇ ਪੰਪ ਵੱਡਾ ਬਹੁਤ ਜ਼ਿਆਦਾ ਚੱਲਦਾ, ਹੁਣ ਸ਼ੁਕਰ ਹੈ ਕਿ ਇਹਦਾ ਸੁੱਖ ਬਣ ਗਿਆ, ਹੁਣ ਜਿੰਨਾ ਮਰਜ਼ੀ ਇਸਤੇਮਾਲ ਕੀਤੀ ਜਾਓ, ਰੱਜ ਕੇ ਇਸਤੇਮਾਲ ਕਰੋ। ਇਹਦੇ ਹਲਵਾ ਵੀ ਇਹਨਾਂ ਨੇ ਤਿਆਰ ਕਰ ਲਿਆ, ਇਹ ਤਾਂ ਹਲਵਾ ਬਣਿਆ ਪਿਆ ਰਾਣੀ, ਹਲਵਾ ਬਣਾਇਆ ਨੇ ਉਹ, ਹਾਲੇ ਉਹ ਕਿਤੇ ਇਹ ਪਈ ਹੈ, ਹਾਲੇ ਉਹ ਤਾਂ ਨਹੀਂ ਖਾਵਣ ਵਾਲੀ, ਹਾਲੇ ਉਹ ਨਹੀਂ ਖਾਵਣ ਵਾਲੀ, ਹਲਵਾ ਖਾਵਣ ਵਾਲਾ, ਹਲਵਾ ਕਹਿੰਦੇ ਕਣ ਬਣਾਇਆ, ਆਪ ਕਣ ਬਣਾਇਆ, ਦੁੱਧ ਵਾਲਾ, ਵਾਹ ਕਿਆ ਬਾਤ ਹੈ, ਬਣਾਇਆ ਥੋੜਕੂ ਜਿਹਾ ਹੀ, ਕਿਦਾ ਚਲੀਏ ਕਿਉਂ, ਫੁੱਫੋ ਕੋਲ ਦੁੱਧ ਪਿਆ ਹੋਇਆ, ਚੂਚੀਆਂ ਕਿਹੜੀਆਂ ਛੱਡੀਆਂ ਜਾਂ ਫਾੜ ਲੈ ਚੂਚੀਆਂ, ਭੱਜ ਕੇ ਭੱਜ ਕੇ, ਟਾਈਮ ਨਾਲ ਤਾਂ ਨਹੀਂ ਉਹ ਦੱਸਿਆ ਅਲੀ, ਹੈ ਅਲੀ ਟਾਈਮ ਨਾਲ ਨਹੀਂ ਉਹ ਦੱਸਿਆ, ਚੱਲ ਲੈ ਆ ਫਿਰ, ਤੇਰੀ ਮਾਂ ਤਾਂ ਲੱਗੀ ਹੋਈ ਆ ਤੰਦੂਰੀ ਤਾਂ, ਤੰਦੂਰੀ ਥਾਪੀਆਂ ਸੱਟ ਦੇ, ਤੂੰ ਵੀ ਜਾਣਾ ਕਿ ਅਸੀਂ ਬਸ ਦੋਵੇਂ ਜਾਈ, ਚੱਲ ਫਿਰ ਸੱਟ ਦੇ ਅਰਸ਼ਾ ਵੇਚ ਤੇ ਉਹਨਾਂ ਨੂੰ, ਤੰਦੂਰੀ ਬਾਲ ਦੇ, ਲੱਗ ਗਈ ਅੱਗ, ਇਹ ਕੀ ਹੈ ਤੁਸੀਂ ਕਿਤੇ ਗਈਆਂ ਹੋਈਆਂ ਆਵੇ ਸੁਮੈਰਾ, ਕਿਤੇ ਗਈਆਂ ਹੋਈਆਂ ਆਵੇ, ਹੈ ਆਪਸ ਲੜੀਆਂ ਹੋਈਆਂ ਹੋਵੇ ਤਾਂ ਬੋਲਦੀਆਂ ਪਈ, ਆਉਣ ਲੜਾਈ ਇੱਕ ਘਰ ਦੇ ਵਿੱਚ ਰਹਿ ਕੇ, ਨਹੀਂ 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 ਇਹ ਗੱਲ ਨਹੀਂ, ਮੇਰਾ ਬੱਚਾ ਤਗੜਾ ਸਾਰਾ ਹੀ ਆ, ਠੀਕ ਹੈ ਨਾ, ਸਿਰਫ ਆਪਣਾ ਆਪ ਸਮਝੋ ਕਿ ਨਾ ਥੋੜ੍ਹਾ ਜਿਹਾ ਮਾੜਾ ਰੱਖਣਾ ਚਾਹੀਦਾ, ਤਗੜੇ ਸਾਰੇ ਹੀ ਆ, ਠੀਕ ਹੈ ਨਾ, ਹੁਣ ਬਿਲਕੁਲ ਕਸਮ ਪਾ ਛੱਡੋ ਤੁਸੀਂ ਆਪਸ ਵਿੱਚ ਨਹੀਂ ਲੜਨਾ, ਜੇ ਹੁਣ ਐਸਾ ਹੋਇਆ ਨਾ
ਫਿਰ ਵੇਖ ਲੈ ਵੀ ਆਸੀਆ ਚਲੋ ਕੋਈ ਗੱਲ ਨਹੀਂ, ਛੋਟੀਆਂ ਮੋਟੀਆਂ ਨਚਾਕੀਆਂ ਹੋ ਜਾਂਦੀਆਂ, ਠੀਕ ਹੈ ਨਾ। ਇਹ ਘਰ ਦੇ ਵਿੱਚ ਰਹਿ ਕੇ ਨਹੀਂ ਲੜਨਾ ਚਾਹੀਦਾ, ਆਸੀ ਵਾਕਈ ਇਸ ਥਾਂ ਤੇ ਨਾ ਗਲਤ ਆਏਗੀ। ਔਰ ਸਾਰਿਆਂ ਨੇ ਵੈਸੇ ਵੇਖਣ ਵਾਲਿਆਂ ਨੂੰ ਵੀ ਪਤਾ ਚੱਲ ਗਿਆ, ਕੋਈ ਉਹਨਾਂ ਨੂੰ ਫੋਨ ਕੀਤਾ ਜਿਨ੍ਹਾਂ ਨੂੰ ਮਤਲਬ ਪਤਾ ਹੈ ਨਾ, ਬੰਦੇ ਨੂੰ ਪਰੇਖ ਲੈਂਦੇ ਨੇ, ਸਮਝ ਆਏ ਨਾ। ਇਸ ਕਰਕੇ ਉਹਨਾਂ ਨੇ ਆਖਿਆ ਇਸ ਜਗ੍ਹਾ ਤੇ ਆਸੀਆ ਗਲਤ ਹੈਗੀ। ਔਰ ਵਾਕਈ ਮੈਂ ਇਸ ਗੱਲ ਨੂੰ ਤਸਲੀਮ ਕੀਤਾ ਕਿ ਚਲੋ ਸਾਡੀ ਆਪਸ ਮਤਲਬ ਕੋਈ ਅੱਲਾ ਮਾਫੀ ਦੇਵੇ, ਕੋਈ ਲੜਾਈ ਬੁਲਾਰਾ ਤਾਂ ਕਿਸੇ ਕਿਸਮ ਦਾ ਨਹੀਂ ਹੋਇਆ, ਲੇਕਿਨ ਆਸੀਆ ਬਾਰ ਬਾਰ ਇਹ ਆਉਂਦੀ ਹੈ ਕਿ ਮੇਰੀ ਫਲਾਣੀ ਸ਼ਾਹ ਕੋਈ ਨਹੀਂ, ਫਲਾਣੀ ਸ਼ਾਹ ਕੋਈ ਨਹੀਂ। ਇਸ ਕਰਕੇ ਫਿਰ ਉਸ ਆਖਿਆ ਮੈਂ ਮਤਲਬ ਆਪ ਹੀ ਫੈਸਲਾ ਕੀਤਾ ਵੀ ਤੁਸੀਂ ਤੂੰ ਸਾਈਡ 'ਤੇ ਹੋ ਜਾ, ਤੂੰ ਆਪਣਾ ਜਿਹੜਾ ਨਾ ਸਾਈਡ 'ਤੇ ਪਕਾਵੇ, ਇਸ ਕਰਕੇ ਨਾ ਉਹਨੂੰ ਹੋਵੇ ਵੀ ਮੇਰੀ ਆਸ਼ਾ ਚਾਹੂੰਗੀ ਨਾ ਉਹਨੂੰ। ਲੇਕਿਨ ਮੈਂ ਫੈਸਲਾ ਮੁੜ ਦੁਬਾਰਾ ਆਪਣਾ ਵਾਪਸ ਲੈ ਲਿਆ, ਠੀਕ ਹੈ ਨਾ। ਘਰ 'ਚ ਵਧਿਆ ਹੋਇਆ ਅਗਰ ਅਸੀਂ ਆਪਸ ਵਿੱਚ ਸਲੂਕ ਨਹੀਂ ਰੱਖਣਾ ਤਾਂ ਫਿਰ ਇੱਕ ਜਗ੍ਹਾ 'ਤੇ ਰਹਿਣ ਦਾ ਫਾਇਦਾ ਕੋਈ, ਠੀਕ ਹੈ ਨਾ। ਹੁਣ ਕਿਤੇ ਗਈ ਹੋਈ ਹੈ, ਹੈਂ ਸੱਚੀ ਦੱਸ। ਮੇਰੀ ਭਾਬੀ ਨਾ ਅਸਲ ਜਲਦੀ ਰੋ ਵੀ ਪਾਉਂਦੀ ਹੈ, ਰੋਵੀ ਨਾ ਹੱਸਦਿਆਂ ਰੋਣਾ, ਠੀਕ ਹੈ ਨਾ। ਹੁਣ ਕੋਈ ਗੱਲ ਤਾਂ ਨਹੀਂ ਹੈ, ਕੋਈ ਗਿਲਾ ਸ਼ਿਕਵਾ ਤਾਂ ਨਹੀਂ ਕਿਸੇ ਕਿਸਮ ਦਾ। ਭੈਣ ਨੂੰ ਤਾਂ ਬੁਲਾਇਆ ਹੀ ਹੈ, ਚੱਲੀਏ ਪੇਕੇ 'ਤੇ, ਹੈਂ ਕਿਵੇਂ ਗੱਲ ਹੈ। ਭੈਣ ਨੂੰ ਤਾਂ ਬੁਲਾਇਆ ਨੂੰ ਮੈਂ ਕੇ ਚਲੀ ਜਾ, ਚਲੋ ਐਸੇ ਖੁਸ਼ੀ ਨਹੀਂ ਚਾਹੀਦੀ। ਭੈਣ ਤਾਂ ਨਹੀਂ, ਉਹ ਤਾਂ ਫੋਤ ਕੀ ਤੇ ਸੱਚੀ ਮੈਂ ਆਖਿਆ ਕਰੇ ਲਵਣ ਆਈ ਤੈਨੂੰ ਚੱਲ ਕੋਈ ਨੀ ਕੋਈ ਨੀ, ਵਿਖਾ ਕੇ ਤੈਨੂੰ ਮਿਠਾਈ ਤੇ ਖਾਧੀ ਆਪ ਜਾਂਦੀ ਹੈ। ਵਾਹ ਜੀ ਵਾਹ, ਕਿਆ ਬਾਤ ਹੈ। ਫਾਤਮਾ ਤਾਂ ਬਣਾਇਆ ਮੈਨੂੰ ਪਤਾ ਹੈ, ਚੈੱਕ ਕਰੀ ਬੜਾ ਮਜ਼ਾ ਤੇ ਬਣਾ ਲਾ, ਚੈੱਕ ਕੀ ਕਰਨਾ ਖਾਣਾ ਕੋਈ ਨਹੀਂ। ਵਾਹ ਸਹੀ ਹੈ, ਦੋ ਦਾਲ ਬਣਾਇਆ ਸੀ ਹਲਵਾ ਜ਼ਬਰਦਸਤ ਬਣਿਆ। ਕੀ ਲੈਂਦਾ ਹੈ, ਕੀ ਲੈਂਦਾ ਹੈ, ਜੁੱਤੀ ਸੱਚੀ। ਹਾਂ ਜੀ ਵਾਹ ਮਾਸ਼ਾਅੱਲਾ, ਕੀ ਬਾਤ ਹੈ ਭਾਈ, ਤੇਰੀ ਵੀ ਆ ਗਈ ਜੁੱਤੀ। ਵਾਹ ਅਗਲੀ ਤਾਂ ਟੁੱਟੀ ਬੱਜੀ ਹੋਈ ਆਈ, ਉੱਕਾ ਹੀ ਹੈ ਹੁਣ, ਸੋਹਣੀ ਜੁੱਤੀ ਆ ਗਈ। ਤੂੰ ਚੂਹੇ ਲਈ ਫਿਰਨਾ, ਹੁਣ ਮੈਂ ਨਮਾਜ਼ ਪੜ੍ਹ ਲਵਾਂ ਫਿਰ ਚੱਲਦੇ ਹਾਂ, ਠੀਕ ਹੈ ਨਾ। ਹਾਂ ਨਮਾਜ਼ ਪੜ੍ਹ ਕੇ ਜਾਣਾ, ਭਲਾ ਕਿਉਂ ਹੱਸਦਾ ਪਿਆ। ਕਮੈਂਟ ਆਇਆ ਜੀ ਜਾਜ ਗੁੱਜਾ ਤਾਂ ਡਰਾਮਾ ਫੈਮਿਲੀ, ਕਈਆਂ ਫੈਮਿਲੀਆਂ ਦੇ ਨਾਂ ਹੁੰਦੇ ਹਨ, ਅੱਜ ਤੋਂ ਬਾਅਦ ਆਪਣਾ ਜਿਹੜਾ ਨਾ ਪੂਰੀ ਫੈਮਿਲੀ ਦਾ ਨਾਮ ਡਰਾਮਾ ਫੈਮਿਲੀ। ਡਰਾਮਾ ਹੁੰਦਾ ਕੀ ਹੈ, ਕਿਆ ਵਾਸੀ ਆ, ਤੈਨੂੰ ਕੁਝ ਪਤਾ, ਉਹਨਾਂ ਨੇ ਤੁਹਾਨੂੰ ਦੱਸਿਆ ਵੀ ਡਰਾਮਾ ਫੈਮਿਲੀ। ਚਲੀਏ ਹੁਣ ਜਾਣਾ ਕਿ ਨਹੀਂ, ਚਲੀਏ ਚੱਲ ਫਿਰ ਮੰਮਾ ਦਲੀ ਆ। ਇਹਦੇ ਚੂਚੇ ਛੱਡਣ ਚੱਲੇ ਅਸੀਂ ਸਪੈਸ਼ਲ, ਕਿਉਂਕਿ ਇੱਥੇ ਮਰ ਜਾਣੇ ਨੇ ਵਿਚਾਰੇ ਜਾਂ ਫੜ ਲੈਣੇ ਨੇ ਕਿਸੇ ਸ਼ਾਇਰ ਨੇ, ਇਸ ਕਰਕੇ ਇੱਥੋਂ ਇਹ ਸ਼ਿਕਾਰ ਮੁਕਾਵਣ ਚੱਲੇ। ਉਹਨਾਂ ਦੇ ਨਿੱਕੇ ਨਿੱਕੇ ਹੈਗੇ ਚੂਚੇ, ਉਹਨਾਂ ਦੇ ਨਾਲ ਚੱਲ, ਉਹਨਾਂ ਨੇ ਚਲਾਇਆ ਚਲਾਈ ਜਾਵਣ ਤੇ ਕੀ ਹੈ, ਇਹ ਕੀ ਕਰ ਰਹੇ ਨੇ, ਕਿੰਨੀ ਸੋਹਣੀ ਪੰਜੀਰੀ ਬਣੀ ਇਹ ਖਾ ਵੀ
ਅੱਗੇ ਕਿਉਂ ਡੇਗ ਦਿੱਤੀਆਂ ਨੇ? ਹਾਂ ਆਸ਼ਾ ਡੇਗ ਗਈ ਹੈ, ਉਹ ਸਾਰੀ ਅੱਗੇ ਬਣੀਆਂ ਨੇ ਡੇਗ ਗਈ। ਹਾਂ ਇਹ ਦੇਸੀ ਘਿਓ ਹੈ, ਇਹ ਮਾਸ਼ਾਅੱਲਾ ਦੇਸੀ ਘਿਓ ਹੀ ਅਸੀਂ ਕਿੰਨੀਆਂ ਬਣਾ ਰਹੇ ਹਾਂ। ਓਏ ਮਤਲਬ ਮੈਂ ਖਾਕ ਚੈੱਕ ਕਰਦਾ ਹਾਂ, ਗੁੜ ਵੀ ਪਾਇਆ, ਮਜ਼ਾ ਨਹੀਂ ਆਣੀ ਹੈ, ਗੁੜ ਪਾਇਆ ਹੋਇਆ ਵਿੱਚ। ਓਏ ਚਾ ਲਿਓ ਨਾ, ਹੁੰਦਾ ਮੈਂ ਖਾਂਦਾ। ਫੇਰ ਤੇ ਖਾ ਲਿਆ, ਅੱਛਾ ਹੁੰਦਾ ਹੈ, ਸਹੀ ਹੁੰਦਾ, ਅੱਛਾ ਹੁੰਦਾ ਹੈ, ਆ ਲਿਓ ਨਹੀਂ ਪੱਗਾ, ਇਹਨੂੰ ਅੱਛਾ ਹੁੰਦਾ ਹੈ, ਬੰਦੇ ਨੂੰ ਕੋਈ ਅੱਛਾ ਹੁੰਦਾ ਨਹੀਂ। ਲੱਭਾ ਆਲੂ ਵਿੱਚ ਲੱਗਦਾ ਉਹ ਹੈ ਮਹਾਰਾਜ ਜੀ, ਕੀ ਆ ਧਨੀਆ ਪਾਏ ਲਾ ਜੀ, ਲੱਡੂ ਬਣੇ ਪਏ ਨੇ, ਕਿੰਨੇ ਪਿਆਰੇ, ਬੜੇ ਮਜ਼ੇ ਦੇ ਬਣੇ ਖਾਣੇ, ਚੀੜੇ ਚੀੜੇ ਬਣਾ ਦਿੱਤੇ ਨੇ ਬੱਕਰੇ ਸਾਡੇ, ਮਾਸ਼ਾਅੱਲਾ ਕੁਛ ਨਾ ਕੁਛ ਤੇ ਰੱਜੇ ਨੇ, ਢਿੱਡ ਕੱਢੀ ਖੜਾ ਹੁਣ ਪਾਣੀ ਛਾਣੀ ਪੀ ਕੇ ਨਾ, ਆਏ ਬੱਕਰੇ ਨੂੰ ਖਲਾਵੀ ਖਾਂਦਾ ਹੈ, ਕਿੱਡਾ ਸਪੀਡ ਨਾਲ ਆਇਆ, ਵਾਹ ਜੀ ਵਾਹ, ਮਾਸ਼ਾਅੱਲਾ ਮਾਸ਼ਾਅੱਲਾ ਖਾ ਗਿਆ, ਅਸੀਂ ਗਾਂ ਵੀ ਖਾਵੇ ਨਾ, ਖਾਂਦੀ ਹੈ ਉਹ ਤਾਂ ਮਾਸ਼ਾਅੱਲਾ ਖਾ ਜਾਂਦੀ, ਤੂੰ ਚਨੀ ਨੂੰ ਖਵਾ ਖਬਲਾ, ਵਾਹ ਕਿੰਨੇ ਸ਼ੌਕਾਂ ਨਾਲ ਖਾਂਦੇ ਨੇ, ਇਹ ਮਸਾਲਾ ਬੜਾ ਵਧੀਆ ਹੁੰਦਾ, ਤਾਂ ਹੀ ਮਿੱਠਾ ਮਿੱਠਾ ਕਰਕੇ ਖਾਦੀ ਜਾਂਦੇ ਨੇ, ਗਾਂ ਵੀ ਸ਼ੁਰੂ ਹੋਈ ਹੈ, ਹੋਰ ਖਾਣਾ ਬਸ ਕਰ, ਕਿੰਨੀ ਤੇਜ਼ ਅੱਗ ਦੇ ਵਿੱਚ ਰੋਟੀਆਂ ਲਗਾ ਲੈਂਦੀਆਂ ਨੇ, ਅਲੀ ਜਿਹੜਾ ਨਾ ਤੰਗ ਕੀਤੀ ਖਰਾ ਵੀ ਹੁਣੇ ਚੂਜ਼ੇ ਛੱਡ ਕੇ ਆਉਣੇ ਨੇ, ਹੈ ਰਾਤ ਪੈ ਗਈ ਹੋਈ ਹੈ ਕਾਫੀ, ਸਵੇਰੇ ਛੱਡ ਲਈ ਸਾਂ, ਹੋਰ ਇੱਕ ਹੀ ਜ਼ੈਦ ਕਰਨਾ ਯਾਰ, ਜਿਹੜੀ ਕਰਨਾ ਪੂਰੀ ਕਰਾ ਕਰਨੀ, ਨਹਿਰ ਦੇ ਉੱਤੋਂ ਆਉਂਦੇ ਹੋਇਆ ਅਸੀਂ ਜਾ ਰਹੇ ਹਾਂ ਜੀ ਰੋਪੜੀਆਂ, ਹੈ ਜਿੱਥੇ ਲਾਈਟਾਂ ਸਾਹਮਣੇ ਨਜ਼ਰ ਆ ਰਹੀਆਂ ਨੇ, ਪਿੰਡ ਹੈਗਾ ਜੀ ਰੋਪੜੀਆਂ ਦਾ, ਉਹ ਫਿਰ ਥੋੜ੍ਹਾ ਲੰਬਾ ਕਰਕੇ ਆਖਿਆ ਜਾਵੇ ਨਾ, ਫਿਰ ਆ ਜਾਂਦਾ ਰੋਪੜੀਆਂ, ਅਸ ਪੜੀਆਂ 'ਚੋਂ ਨਿਕਲੇ ਹਾਂ, ਰੋਪੜੀਆਂ ਜਾ ਰਹੇ ਹਾਂ, ਰਸਤਾ ਕਾਫੀ ਦੁਸ਼ਵਾਰ ਜਿਹਾ ਹੈਗਾ, ਦੇਖੋ ਨਾ ਕੱਚਾ ਰਸਤਾ ਹੈਗਾ ਜਾਂਦਾ ਹੈ, ਔਰ ਜਾ ਰਹੇ ਹਾਂ ਜੀ ਸਿਸਟਰ ਵੱਲੇ, ਵੱਡੀ ਸਿਸਟਰ ਵੱਲੇ, ਜਿਹਨੇ ਟਾਈਮ ਲੱਗਦਾ ਕੋਈ ਨਹੀਂ ਹੈ, ਟਾਈਮ ਲੱਗਿਆ ਵੀ ਤਾਂ ਧੁੱਪ ਆਉਂਦੀ ਬੜੀ, ਗਰਮੀ ਬਹੁਤ ਆਉਂਦੀ, ਇਸ ਕਰਕੇ ਫਿਰ ਨਿਕਲਣਾ ਥੋੜ੍ਹਾ ਜਿਹਾ ਮੁਸ਼ਕਲ ਹੁੰਦਾ, ਤਾਂ ਕਰਕੇ ਫਿਰ ਇਸ ਟਾਈਮ ਆਖਿਆ ਵੀ ਚਲੋ ਠੰਡੇ ਠੰਡੇ ਅਸੀਂ ਹੋ ਆ ਗਏ, ਉਹ ਤੇ ਮੱਝਾਂ ਚੋ ਰਹੀ ਹੈ, ਮੱਝ ਭਾਵੇਂ ਡਰ ਜਾਵੇ ਹੈ, ਨਾ ਵੰਗਾ ਮਾਰਿਆ ਨਾ ਕੁਛ, ਸਹੀ ਹੈ, ਇੱਕ ਕਾਠ ਨਾਲ ਚੋਂਦੀ ਬਸ ਠੀਕ ਹੈ, ਚਲੋ ਗੁਜ਼ਾਰਾ ਤਾਂ ਕਰਦੀ ਪਈ ਹੈ, ਚਲੋ ਅੱਲਾ ਖੈਰ ਕਰ, ਮਾਂ ਬਾਤ ਲਈ ਕੀ ਯਾਰ, ਹੋਰ ਸਭ ਖੈਰੀਅਤ, ਸੀਪ ਤੂੰ ਸੁਣਾ,
ਅੰਦਰ ਕਾਕਾ ਕਹਿੰਦਾ ਰੋਂਦਾ ਪਿਆਹੂ ਦੇ ਕਿਤੇ ਮੇਰੇ ਕੰਨ ਵੀ ਵੈਸੇ ਵੱਜਦੇ ਰਹਿੰਦੇ ਬੋਰੇ ਹੋਏ ਪਿੰਡ ਕੰਨ ਹੋਰ ਠੀਕ ਠਾਕ ਤਬੀਅਤ ਸਿਹਤ ਵੱਲ ਨਿੱਕੀ ਜੀ ਮੇਮਣੀ ਪੈਰ ਨਾਲ ਬੱਤਾ ਹੋਇਆ ਵਿਚਾਰੀ ਨੂੰ ਇਹਦੇ ਵੇਖ ਕਿੰਨਾ ਸਖ਼ਤ ਕਰਕੇ ਬੰਨੇ ਹੋਇਆ ਲਈ ਇਹਨੂੰ ਖੋਲ ਚੈੱਕ ਕਰੀ ਆਵੇ ਨਿੱਕੋ ਸਾਰੀ ਅਲੀ ਤੁਹਾਡੇ ਹੈ ਚੂਚੇ ਹੁਣ ਕੋਈ ਵੀ ਕੋਈ ਨੀ ਇੱਕ ਵੀ ਵੱਡੇ ਵਧੇ ਅਲੀ ਦੇ ਦੋ ਚੂਚੇ ਆਣਗੇ ਉਹਨਾਂ ਦੇ ਨਾਲ ਚ ਛੱਡ ਆ ਬੈਠੇ ਹੋਏ ਨੇ ਦੋ ਮੁਰਗੀਆਂ ਤੇ ਇੱਕ ਕੁੱਕੜ ਰਹਿ ਗਿਆ ਉਹਨਾਂ ਦੇ ਨਾਲ ਪਵਾ ਦਿੱਤੇ ਨਿੱਕੇ ਨਿੱਕੇ ਚੂਚੇ ਮਾਰਦੀਆਂ ਪਈਆਂ ਆ ਮਾਰ ਗਈਆਂ ਅਲੀ ਇਹ ਤਾਂ ਹੁਣੇ ਨਾਲ ਮਾਰਦੀਆਂ ਪਈਆਂ ਅਲੀ ਇਹ ਕੀ ਹੈ ਪੀਓ ਮੀਓ ਅੱਛਾ ਇਹ ਹਾਂ ਅਲੀ ਬਿੱਲੀ ਤਾਂ ਨਹੀਂ ਨਿੱਕਾ ਸਾਰਾ ਫਿਲਮ ਕਿਹੜਾ ਹੈ ਇਹ ਕਿਦੂ ਆਇਆ ਇਹਨਾਂ ਦਾ ਇਹ ਕੀ ਪਾਲਦੇ ਰਹਿੰਦੇ ਚੱਲ ਛੱਡ ਆ ਸੁਨਿੱਕੂ ਜੀ ਇਹ ਕਿਦੂ ਲਿਆਂਦਾ ਨੇ ਹੈਂ ਨਿੱਕਾ ਸਾਰਾ ਵਿਚਾਰਾ ਲੈ ਆਂਦਾ ਨੇ ਓਏ ਪੀਓ ਪੀਓ ਮੀਆਂ ਮੀਆਂ ਬੱਕਰੀ ਨੂੰ ਆਜ਼ਾਦ ਕੀਤਾ ਤੇ ਆ ਕੇ ਪੱਠਿਆਂ ਤੇ ਲੱਗ ਪਈ ਆ ਪਤਾ ਨਹੀਂ ਵਿਚਾਰੀ ਸਾਰਾ ਦਿਨ ਦੀ ਭੁੱਖੀ ਹੈਗੀ ਸੀ ਅਸੀਂ ਆਈ ਹੈ ਇਸ ਪਰੋਂ ਕਰਕੇ ਕਿ ਉਹ ਵੇਖੋ ਦੁੱਧ 7 ਕਿਲੋ ਲਵਾਂ ਚੱਲ ਚੱਲੀਏ ਫਿਰ ਨਿਕਲੀਏ ਲੇਟ ਹੋ ਰਹੀ ਹੈ ਮੰਮਾ ਦਾ ਉੱਠ ਪੁੱਤਰ ਠੀਕ ਹੈ ਅੱਲਾ ਦੇ ਹਵਾਲੇ ਸਾਰੇ ਭੈਣਾਂ ਭਾਈਆਂ ਕੋਲ ਇਜਾਜ਼ਤ ਚਾਹੁੰਦੇ ਹਾਂ ਫਿਰ ਮਿਲਾਂਗੇ ਇਨਸ਼ਾਅੱਲਾ ਅਗਲੇ ਵਲੌਗ ਠੀਕ ਹੈ ਨਾ ਅੱਲਾ ਦੇ ਹਵਾਲੇ ਕਰੀਏ ਮਾਸ਼ਾ ਅੱਲਾ ਅੱਜ ਤੇ ਚਾਚਾ ਤੇ ਚਾਚੀ ਨੇ ਸਰਪ੍ਰਾਈਜ਼ ਦੇ ਦਿੱਤਾ ਵਾਲੇਕੁਮ ਸਲਾਮ ਕੀ ਹਾਲ ਹੈ ਜਨਾਬ ਠੀਕ ਹੈ ਜਨਾਬ ਠੀਕ ਠਾਕ ਮਾਸੀ ਕੀ ਹਾਲ ਹੈ ਠੀਕ ਹੈ ਮੇਰਾ ਪੁੱਤ ਬੇਸ ਸਰ ਅਲਹਮਦੁਲਿਲਾ ਚਾਚਾ ਹੋਰ ਤਬੀਅਤ ਸਿਹਤ ਕੈਸੀ ਹੈ ਠੀਕ ਹੈ ਬਿਲਕੁਲ ਮਾਸ਼ਾ ਅੱਲਾ ਪਾਣੀ ਸ਼ਾਣੀ ਪਿਵਾਇਆ ਇਹਨੇ ਕੋਈ ਨਹੀਂ ਖੈਰੀ ਖੈਰੀ ਚਲੋ ਬੜੀ ਗੱਲ ਹੈ ਮਾਸ਼ਾਅੱਲਾ ਸਾਡਾ ਦਿਲ ਕੀਤਾ ਅਸੀਂ ਆ ਗਏ ਹਾਂ ਹਾਂ ਤੁਹਾਡਾ ਆਪਣਾ ਘਰ ਹੈ ਕਿਉਂ ਨਹੀਂ ਚਲੋ ਅੱਲਾ ਖੈਰ ਕਰੇ ਅਸੀਂ ਆਏ ਤਾਂ ਮਾੜਾ ਜਿਹਾ ਸਮਝੋ ਜੁਕਾ ਹੀ ਰਹਿ ਗਿਆ ਸਮਝੋ 35,000 ਹੈਗਾ ਚਲੋ ਅੱਲਾ ਖੈਰ ਕਰ ਸੀ ਗਿਆ ਉਹ ਵੀ ਰੱਬ ਦੀ ਜ਼ਾਤ ਪਾਕ ਲਾ ਦੇ ਸੀ ਜਿੱਥੇ ਇੰਨੇ ਲਾਏ ਗਏ 4.25 ਲੱਖ ਰੁਪਈਆ ਅੱਲਾ ਕੀਤਾ
ਜਿਹੜੇ ਲੱਗ ਗਿਆ ਇਹ ਵੀ ਅੱਲਾ ਕਰਸੀ ਇਨਸ਼ਾਅੱਲਾ ਤਾਲਾ ਇਹ ਰੱਬ ਸੋਹਣੇ ਦੇ ਘਰ ਚ ਉਮੀਦ ਹੈ ਜੇ ਨਾ ਲਵਣੇ ਆਉਂਦੇ ਤਾਂ ਸਮਝੋ ਤੁਹਾਡੇ ਪਹਿਲੇ ਵਾਲੇ ਹੀ ਨਾ ਲਾਂਦੇ ਬਿਲਕੁਲ ਇਹ ਹੁਣ ਰੱਬ ਦੀ ਜ਼ਾਤ ਪਾਕ ਉਮੀਦ ਲਾਈ ਹੈ ਬਿਲਕੁਲ ਇਨਸ਼ਾਅੱਲਾ ਤਾਲਾ ਇਹ ਵੀ ਲਾ ਜਾਸਨ ਦਾ ਬਸ ਨੇ ਅੱਲਾ ਬਾਕੀ ਚਾਚੇ ਹੋਰੀ ਮੇਰੇ ਕੋਲ ਆਏ ਸਮਝੋ ਕਿ ਇਸੇ ਸਿਲਸਿਲੇ ਚ ਆਣ ਸਮਝੋ ਕਿ ਇਹਨਾਂ ਦੇ ਨਾਲ ਪਹਿਲੇ ਡਿਸਕਸ ਗੱਲਬਾਤ ਸਾਰੀ ਹੋਈ ਖੜੀ ਹੈ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜ੍ਹੀ ਵੀ ਸ਼ੇਅਰ ਕਰ ਦਈਏ ਵੀ ਇਹਨਾਂ ਦਾ ਹੁਣ ਸਮਝੋ ਕਿ 35,000 ਰੁਪਈਆ ਹੀ ਰਹਿ ਗਿਆ ਜਿਹਨਾਂ ਨੇ ਪਹਿਲੇ ਦਿੱਤੇ ਨੇ ਜਾਂ ਕੋਈ ਨਵਾਂ ਮੇਰੇ ਭੈਣ ਭਾਈ ਇਹਨਾਂ ਨਾਲ ਇੰਨਾ ਕੁ ਤਾਵਨ ਕਰ ਦੇਵੇ ਇਹ ਆਜ਼ਾਦ ਹੋ ਸਕਦੇ ਨੇ ਜ਼ਿਮੀਦਾਰ ਤੇ ਰੁਪਈਆ ਵੀ ਨਹੀਂ ਛੱਡਦੇ ਵੀ ਜਿਸ ਟਾਈਮ ਅਸੀਂ ਹਟਿਆ ਸੀ ਚਾਚਾ ਸਾਨੂੰ ਤੇ ਭਈ ਆਪ ਨਾ ਕੋਈ ਇੱਕ ਪੈਸਾ ਨਹੀਂ ਛੱਡਿਆ ਠੀਕ ਹੈ ਨਾ ਜਿਹੜੇ ਉੱਤੇ ਰੁਪਈਏ ਬਚਦੇ ਨੇ ਉਹ ਵੀ ਲਾ ਤੇ ਇਸ ਕਰਕੇ 35,000 ਦੇ ਵਿੱਚ ਜੇ ਚਾਚੇ ਵਾਰੀ ਫਿਰ ਫਸ ਜਾਵਣ ਨਾ ਤੇ ਫਿਰ ਜ਼ਿਆਦਾ ਹੋਰ ਉੱਤੇ ਚੜ ਜਾਂਦੇ ਬਾਕੀ ਦੁਆ ਕਰਨੇ ਅੱਲਾ ਪਾਕ ਤੁਹਾਡਾ ਕੋਈ ਸਬਾਬ ਚੰਗਾ ਲਾ ਰਿਹਾ ਸੀ ਇਨਸ਼ਾਅੱਲਾ ਤਾਲਾ ਅੱਲਾ ਸੋਹਣੇ ਜ਼ਾਤ ਪਾਕ ਜਿੱਥੇ ਇੰਨੇ ਅੱਗੇ ਸਮਝੋ ਕਿ ਫਰਿਸ਼ਤਾ ਸਿਫਤ ਇਨਸਾਨ ਤੁਹਾਡੇ ਵਾਸਤੇ ਭੇਜੇ ਅੱਲਾ ਪਾਕ ਇਹ ਵੀ ਅਦਾ ਕਰਾ ਦੇ ਸੀ ਇਨਸ਼ਾਅੱਲਾ ਤਾਲਾ ਹਾਂਜੀ ਤੇ ਬਾਕੀ ਟਾਈਮ ਸਮਝੋ ਕਿ ਪਹਿਲੀ ਤੱਕ ਹੀ ਰਹਿ ਗਏ ਦਿਹਾੜੇ 10-12 ਹੀ ਹੈਗੇ ਹਾਂ ਅੱਲਾ ਪਾਕ ਕਰਮ ਕਰ ਸੀ ਇਨਸ਼ਾਅੱਲਾ ਤਾਲਾ